ਇੱਕ ਦਿਨ ਤੁਸੀਂ ਸਵੇਰੇ ਉੱਠੇ ਤੇ ਵਰਨਿੰਗ ਵਾਲਾ ਪੰਮਾ ਬਣ ਗਏ ਸਭ ਤੋਂ ਪਹਿਲਾਂ ਕੀ ਕਰੋਗੇ ਸਵੇਰੇ ਦੌੜ ਲਾ ਕੇ ਆਉਗਾ ਮਰ ਜਾਏਗਾ ਪਰ ਪੰਮਾ ਜ਼ਿੰਦਗੀ ਵਿੱਚ ਆ ਕੰਮ ਕਦੇ ਨਹੀਂ ਕਰੇਗਾ ਰਾਈਟ ਬੰਦੇ ਨੂੰ ਕਦੇ ਉਹਦੇ ਨਾਲ ਧੱਕਾ ਨਹੀਂ ਕਰੂਗਾ ਤੁਸੀਂ ਵਰਨਿੰਗ ਫਿਲਮ ਲਈ ਇੱਕ ਵੀ ਪੈਸਾ ਚਾਰਜ ਨਹੀਂ ਕੀਤਾ ਟਰੂ অর ਫਾਲਸ ਹਾਂ ਵਰਨਿੰਗ ਦਾ ਮੈਂ ਉਹ ਸੌਣੀ ਖਾਦੀ ਹੋਈ ਕਦੇ ਵੀ ਨਹੀਂ ਕਰਨਾ ਪੰਮਾ ਪੰਜਾਬੀ ਫਿਲਮ ਹਿਸਟਰੀ ਦਾ ਸਭ ਤੋਂ ਆਈਕੋਨਿਕ ਕਿਰਦਾਰ ਹੈ ਇਸ ਤੋਂ ਉੱਤੇ ਹੋਰ ਕੋਈ ਨਹੀਂ ਟਰੂ অর ਫਾਲਸ ਇਹ ਫਾਲਸ ਤੁਹਾਡਾ ਇੱਕ ਝੂਠ ਜੋ ਹਰ ਬੰਦੇ ਨੂੰ ਸੱਚ ਲੱਗਦਾ ਹੈ। ਮੈਂ ਬਹੁਤ ਸਿਆਣਾ। ਪ੍ਰਿੰਸ ਕਵਲਜੀਤ ਨੂੰ ਪਿਆਰ ਤਾਂ ਕਰਨਾ ਹੁੰਦਾ ਹੈ ਪਰ ਉਹਦਾ ਇਜ਼ਹਾਰ ਨਹੀਂ। ਟ्रू অর ਫਾਲਸ? ਫਾਲਸ। ਇੱਕ ਪੰਜਾਬੀ ਫਿਲਮ ਜਿਸ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲਿਆ। ਹਰਜੀਤਾ। ਜ਼ਿੰਦਾ ਹੋਣ ਦੀ ਸਭ ਤੋਂ ਵੱਡੀ ਨਿਸ਼ਾਨੀ ਕੀ ਹੈ? ਖੁਸ਼। ਪੰਮੇ ਦੀ ਇੱਕ ਕੁਆਲਿਟੀ ਜੋ ਸਾਬਿਤ ਕਰਦੀ ਹੈ ਕਿ ਉਹ ਦਿਲ ਦਾ ਮਾੜਾ ਨਹੀਂ ਹੈਗਾ। ਭੋਲਾਪਨ। ਕੁੜੀਆਂ ਜ਼ਿਆਦਾ ਵਾਇਲੈਂਟ ਹੁੰਦੀਆਂ ਨੇ ਆ ਮੁੰਡੇ। ਮੁੰਡੇ।